جی السلام علیکم ورحمۃ اللہ وبرکاتہ سارے بھائی کا کیا حال ہے ٹھیک ہو طبیعت ٹھیک ہے فٹ فاٹ ہو طبیعت سب ٹھیک ٹھاک ہیں سکول ہے گورنمنٹ کا کافی بڑا سکول ہے کام ہو رہا ہے اندر نال جامعہ مسجد ہے ਮਲੇਸ਼ੀਆ ਵਿੱਚ ਗਰਮੀ ਹੁੰਦੀ ਹੈ ਸਰਦੀਆਂ ਬਿਲਕੁਲ ਨਹੀਂ ਹੁੰਦੀਆਂ ਬਾਰਿਸ਼ ਹੋ ਜਾਂਦੀ ਹੈ ਦਰਜਾ ਹਰਾਰਤ ਜਿਹੜਾ ਉਹ ਜਨਾਬ 36-35-36-37 ਤੱਕ ਜਾਂਦਾ 40 ਤਾਂ ਮੈਂ ਨਹੀਂ ਕਦੇ ਵੇਖਿਆ ਗਿਆ ਹੋਵੇ ਬਸ ਇਤਨਾ ਹੀ ਹੈ ਬਾਰਿਸ਼ ਇੱਥੇ ਹੁੰਦੀ ਰਹਿੰਦੀ ਬਾਰਿਸ਼ੀ ਪਾਣੀ ਇਸਤੇਮਾਲ ਹੁੰਦਾ ਇੱਥੇ ਜ਼ਮੀਨ 'ਚ ਪਾਣੀ ਨਹੀਂ ਕੱਢਦੇ ਕਿਉਂਕਿ ਹੈ ਵੀ ਪਾਣੀ ਜ਼ਮੀਨ ਨਾਲ ਪਾਣੀ ਕੱਢਣ ਨਾਲ ਥੱਲੇ ਨਾ ਚਲੇ ਜਾ ਯਾਨੀ ਕਿ ਇੱਥੇ ਬਾਰਿਸ਼ਾਂ ਅਗਰ ਰੁਕ ਜਾਣ 3-4 ਮਹੀਨੇ ਬਾਰਿਸ਼ਾਂ ਨਾ ਹੋਣ ਪਾਣੀ ਵੀ ਇਤਨੀ ਕਿੱਲਤ ਹੋ ਜਾਂਦੀ ਬੜੀ ਸੋਚ ਹੋਏ ਵੈਸੇ ਕਿਸੇ ਇਲਾਕੇ ਦਾ ਪੈਪ ਸ਼ੈਪ ਫਟ ਜਾਵੇ ਜਾਂ ਵੈਸੇ ਪਾਣੀ ਬੰਦ ਹੋ ਜਾਵੇ ਤਾਂ ਉਹ ਪਾਣੀ ਨਹੀਂ ਹੁੰਦਾ ਕਿਸੇ ਦੇ ਘਰ 'ਚ ਕਿਉਂਕਿ ਟੈਂਕੀਆਂ ਕਿੱਡੀਆਂ ਕੁ ਬੜੀਆਂ ਹੁੰਦੀਆਂ ਕਿਸੇ ਦੇ ਘਰ ਹੁੰਦੀਆਂ ਹੀ ਨਹੀਂ ਸਾਡੇ ਨਾਲ ਜਨਾਬ ਤੁਸੀਂ ਜੁੜੇ ਰਹੋ ਤੁਹਾਨੂੰ ਮਲੇਸ਼ੀਆ ਦੀ ਸੈਰ ਕਰਾਵਾਂਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਬੈੱਲ ਆਈਕਨ ਦਬਾਓ ਸ਼ੇਅਰ ਕਰੋ ਵੀਡੀਓ ਤੁਸੀਂ ਵੇਖ ਰਹੇ ਹੋ ਸਟਾਈਲ ਮਲੇਸ਼ੀਅਨ ਸਟਾਈਲ ਜਿਹੜਾ ਘਰਾਂ ਦਾ ਇਹ ਇਸੇ ਵਾਸਤੇ ਹੈ ਕਿਉਂਕਿ ਬਾਰਿਸ਼ਾਂ ਇੱਥੇ ਬਹੁਤ ਜ਼ਿਆਦਾ ਹੁੰਦੀਆਂ ਖਾਨ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਮਲੇਸ਼ੀਅਨ ਸਟਾਈਲ 'ਤੇ